ਮਾਤਾ ਜੀ ਕੀ ਕਹਿਣਾ ਚਾਹੋਗੇ ਅੱਜ ਤੁਹਾਡੀ ਬੇਟੀ ਇਸ ਮੁਕਾਮ ਤੇ ਪਹੁੰਚੀ ਹੈ ਪੂਰੇ ਇਲਾਕੇ ਦੇ ਵਿੱਚ ਪੂਰੇ ਸ਼ਹਿਰ ਦੇ ਉਸਨੇ ਨਾਮ ਰੋਸ਼ਨ ਕੀਤਾ ਹਾਂਜੀ ਪਹਿਲਾਂ ਤਾਂ ਸਭ ਨੂੰ ਸਤਿ ਸ਼੍ਰੀ ਅਕਾਲ ਅੱਜ ਬਹੁਤ ਵਧੀਆ ਲੱਗ ਰਿਹਾ ਸਤਿਗੁਰੂ ਨੇ ਸਾਡੇ ਤੇ ਬਹੁਤ 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 ਕਿਰਪਾ ਕੀਤੀ ਅਸੀਂ ਉਸ ਪਰਮਾਤਮਾ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਸਾਨੂੰ ਇਸ ਮੁਕਾਮ ਤੇ ਲਿਆਂਦਾ ਤੇ ਸਭ ਤੋਂ ਵੱਡਾ ਇਹਦੇ ਵਿੱਚ ਹੱਥ ਮੇਰੇ ਹਸਬੈਂਡ ਦਾ ਹੈ ਜਿਨ੍ਹਾਂ ਨੇ ਆਪਣੇ ਆਪ ਨੂੰ ਕਮਜ਼ੋਰ ਨਹੀਂ ਸਮਝਿਆ ਇੱਕ ਅੱਖ ਦੇ ਨਾਲ ਵੀ ਉਹਨਾਂ ਜਾ ਕੇ ਮਿਹਨਤ ਕੀਤੀ ਅੱਖ ਇੱਕ ਅੱਖ ਦੀ ਉਹਨਾਂ ਦੀ ਮੰਨ ਲਓ ਨਜ਼ਰ ਚਲੀ ਗਈ ਸੀ ਅਤੇ ਉਹਨਾਂ ਨੇ ਬਹੁਤ ਮਿਹਨਤ ਕੀਤੀ ਨੌਕਰੀਆਂ ਵੀ ਕੀਤੀਆਂ ਲੋਕਾਂ ਦੀਆਂ ਦੁਕਾਨਾਂ 'ਤੇ ਤਾਂ ਅੱਜ ਅਸੀਂ ਇਸ ਮੁਕਾਮ 'ਤੇ ਉਹਨਾਂ ਦੀ ਬਦੌਲਤ ਪਹੁੰਚੇ ਹਾਂ ਅਤੇ ਸਾਰੀ ਫੈਮਿਲੀ ਨੇ ਅਸੀਂ ਇੱਕ ਦੂਜੇ ਨੂੰ ਬਹੁਤ ਸਪੋਰਟ ਕੀਤਾ ਅਤੇ ਅੱਜ ਸਾਨੂੰ ਬਹੁਤ ਵਧੀਆ ਲੱਗ ਗਿਆ ਸਭ ਤੋਂ ਵੱਧ ਅਸੀਂ ਉਸ ਮਾਲਕ ਦਾ ਵਾਹਿਗੁਰੂ ਦਾ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਸਾਨੂੰ ਅੱਜ ਇਸ ਮੁਕਾਮ 'ਤੇ ਪਹੁੰਚਾਇਆ ਧੰਨਵਾਦ ਜੀ ਵੀ ਇਸ ਟਾਈਮ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਮੇਰੀ ਬੇਟੀ ਨੇ ਮੇਰਾ ਨਾਮ ਬਹੁਤ ਚਮਕਾਇਆ ਕਿੰਨੀ ਮਿਹਨਤ ਹੈ ਬੇਟੀ ਦੀ ਔਰ ਕਿੰਨਾ ਕੁ ਸੈਕਰੀਫਾਈਸ ਬਲੀਦਾਨ ਤੁਸੀਂ ਦਿੱਤਾ ਇਸ ਤੁਸੀਂ ਬੇਟੀ ਵਾਸਤੇ ਮੈਂ ਮੰਨ ਲਓ 24 ਘੰਟਿਆਂ 'ਚੋਂ 18 ਘੰਟੇ ਵਰਕਸ਼ਾਪ 'ਤੇ ਕੰਮ ਕੀਤਾ ਪਿਆ ਇਸ ਬੇਟੀ ਨੂੰ ਪੜ੍ਹਾਉਣ ਵਾਸਤੇ ਅੱਜ ਉਹ ਮਿਹਨਤ ਕੀਤੀ ਹੋਈ ਪੱਲੇ ਪੈ ਗਈ ਪੱਲੇ ਪੈ ਗਈ ਖੁਸ਼ ਹੋ ਬਹੁਤ ਖੁਸ਼ ਹੋ ਕੀ ਕਹਿਣਾ ਚਾਹੋਗੇ ਅੰਕਲ ਮਤਲਬ ਕਿ ਆਪਾਂ ਸ਼ਾਇਦ ਦੂਸਰੀ ਵਾਰੀ ਮਿਲੇ ਹਾਂ ਮੈਂ ਜਿੱਥੋਂ ਤੱਕ ਤੁਹਾਨੂੰ ਜਾਣਨਾ ਧੀਆਂ ਦੇ ਮਾਮਲੇ 'ਚ ਬਹੁਤ ਤੁਸੀਂ ਵੀ ਇਮੋਸ਼ਨਲ ਹੋ ਹੈ ਨਾ ਅੱਜ ਇੱਕ ਧੀ ਨੇ ਨਾਮ ਰੋਸ਼ਨ ਕੀਤਾ ਹੈ ਪਰਿਵਾਰ ਦਾ ਪਿੰਡ ਦਾ ਇੱਥੋਂ ਤੱਕ ਕਿ ਪੂਰੇ ਇਲਾਕੇ ਦਾ ਦੇਖੋ ਜੀ ਬਹੁਤ ਖੁਸ਼ੀ ਹੈ ਸਾਨੂੰ ਪਿੰਡ ਵਾਲਿਆਂ ਨੂੰ ਸਾਡੀ ਬਰਾਦਰੀ ਨੂੰ ਮਾਣ ਵਾਲੀ ਗੱਲ ਹੈ ਇੱਥੇ ਨੇੜੇ ਨੇੜੇ ਸਾਡੇ ਕੋਈ ਅੱਜ ਤੱਕ ਵੀ ਅਫਸਰ ਨਹੀਂ ਬਣਿਆ ਸਾਡੇ ਬੇਟੀ ਦੀ ਅੱਜ ਬਣੀ ਇਹ ਅੱਗੇ ਦੱਸ ਰਿਹਾ ਸੀ ਬੇਟੀ ਦੱਸ ਰਹੀ ਸੀ ਵੀ 17-18 ਸਾਲ ਪਹਿਲਾਂ ਮੇਰੇ ਨਾਲ ਚਲਿਆ ਸੀ ਡੈਡੀ ਨੂੰ ਉਸ ਟਾਈਮ ਬੜੀ ਮਾੜੀ ਕੰਡੀਸ਼ਨ ਸੀ ਉਸ ਟਾਈਮ ਵੀ ਅਸੀਂ ਨਾਲ ਸਾਥ ਦਿੱਤਾ ਉਸ ਉਦੋਂ ਤੋਂ ਜੁੜੇ ਅਸੀਂ ਰਾਤ ਨੂੰ ਪ੍ਰੋਬਲਮ ਹੋ ਜਾਣੀ ਤਾਂ ਸੁਣਦੇ ਨਹੀਂ ਸੀ ਇਹ ਬੱਚੇ ਛੋਟੇ ਸੀ ਮੇਰੇ ਕੋਲ ਜਾਂਦੇ ਸੀ ਅੰਕਲ ਕਰਿਆ ਡੈਡੀ ਠੀਕ ਹੋ ਗਿਆ ਦਾ ਅੱਗੇ ਗੋਲੀ ਦੇ ਕੇ ਸੌਂ ਕੇ ਜਾਣਾ ਜਦੋਂ ਇਹ ਮੁਸ਼ਕਲ ਆਉਂਦੀ ਸੀ ਚਲੋ ਪੂਰਾ ਆਦੇ ਵੱਲੋਂ ਜਿੰਨਾ ਕੁਹਿਆ ਕਰਿਆ ਇਸ ਗੁਰ ਦਿੱਤਾ ਪਿਛਲੀ ਵਾਰੀ ਬੈਠੀ ਰਹੀ ਹੈ ਦੋ ਨੰਬਰ ਤੋਂ ਰਹਿ ਗਈ ਅਤੇ ਇੱਥੇ ਮਿਲਣ ਨਹੀਂ ਆਇਆ ਮੇਰਾ ਮੈਂ ਕਰਿਆ ਤੂੰ ਕਿਤੇ ਚਲੇ ਗਏ ਅਤੇ ਕਹਿੰਦੇ ਉਦਾਸ ਸੀ ਫਿਰ ਮੈਂ ਫੋਨ 'ਤੇ ਗੱਲ ਕੀਤੀ ਮੈਂ ਪਤਾ ਨਹੀਂ ਕੁਛ ਬਣ ਕੇ ਆਉਣਾ ਕਰੇ ਟਾਈਮ ਟਾਈਮ 'ਤੇ ਫੋਨ 'ਤੇ ਗੱਲ ਹੁੰਦੀ ਵੀ ਰਹਿੰਦੀ ਹੈ ਅਤੇ ਸਹਿਯੋਗ ਦਿੱਤਾ ਸਾਨੂੰ ਮਾਣ ਹੈ ਬੈਠੀ ਦੇ ਉਹਨੇ ਸਾਡਾ ਨਾਂ ਰੋਸ਼ਨ ਕੀਤਾ ਸਾਡੇ ਪਿੰਡ ਦਾ ਨਾਂ ਰੋਸ਼ਨ ਕੀਤਾ ਸਾਡੀ ਬਰਾਦਰੀ ਦਾ ਨਾਂ ਰੋਸ਼ਨ ਕੀਤਾ ਔਖੇ ਟਾਈਮ ਵਿੱਚ ਲੰਘ ਕੇ ਦੋ ਕਿੱਲੇ ਜ਼ਮੀਨ ਸੀ ਅਤੇ ਵੀਰ ਜੀ ਦੇ ਐਮਰੇਜ ਹੋ ਗਿਆ ਅੱਖ ਵੀ ਚਲੀ ਗਈ ਬਾਅਦ 'ਚ ਚਲੋ ਵਾਹਿਗੁਰੂ ਦਾ ਬੜਾ ਆਸਰਾ ਲਿਆ ਬੜਾ ਆਸਰਾ ਲਿਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਕਾਰਜ ਨੇ ਬੱਚਿਆਂ ਨੇ ਮਹਾਰਾਜ ਦਾ ਹਾਂਜੀ ਇੱਥੇ ਸਵੇਰੇ ਸ਼ਾਮ ਪਾਠ ਹੁੰਦਾ ਹੈ ਉਹਨਾਂ ਦਾ ਬੜਾ ਆਸਰਾ ਲਿਆ ਚੀਜ਼ਾਂ ਨੇ ਬਾਕੀ ਸਾਰੇ ਲੰਗਰ ਦਾ ਸਹਿਯੋਗ ਹੈ ਜਿੰਨਾ ਕੁਛ ਕਰ ਸਕਿਆ ਸਾਨੂੰ ਮਾਣ ਵਾਲੀ ਗੱਲ ਹੈ ਸਾਡਾ ਤਾਂ ਸਿਸਟਰ ਭੈਣ ਨੂੰ ਐਡੀ ਵੱਡੀ ਕਾਮਯਾਬੀ ਮਿਲੀ ਹੈ ਉਹਦੇ ਪਿੱਛੇ ਉਹ ਤੁਹਾਡਾ ਜ਼ਿਕਰ ਕਰਨਾ ਨਹੀਂ ਭੁੱਲਦੇ ਉਹ ਕਹਿੰਦੇ ਕਿ ਇੱਕ ਬ੍ਰਦਰ ਨੇ ਇੱਕ ਦੋਸਤ ਤਰ੍ਹਾਂ ਮੇਰਾ ਸਾਥ ਨਿਭਾਇਆ ਪਹਿਲਾਂ ਤਾਂ ਸਭ ਨੂੰ ਸਤਿ ਸ਼੍ਰੀ ਅਕਾਲ ਅਤੇ ਬਹੁਤ ਵਧੀਆ ਲੱਗ ਰਿਹਾ ਮਤਲਬ ਯਕੀਨ ਜਿਹਾ ਨਹੀਂ ਹੋ ਰਿਹਾ ਹੁਣ ਤੱਕ ਵੀ ਅਸੀਂ ਵੀ ਅੱਜ ਉਹਨਾਂ ਲੋਕਾਂ ਨਾਲ ਮੁਕਾਬਲਾ ਕਰਨ ਯੋਗੇ ਹੋ ਗਿਆ ਜੋ ਕਦੇ ਸੋਚਿਆ ਵੀ ਨਹੀਂ ਸੀ ਅੱਜ ਤੱਕ ਜਦੋਂ ਫੇਲੀਅਰ ਆਏ ਹੈ ਨਾ ਦੋ ਵਾਰੀ ਅਟੈਂਪਟ ਆਏ ਉਦੋਂ ਫਿਰ ਮਹਿਸੂਸ ਹੋਇਆ ਕਿੰਨਾ ਕੁ ਮਹਿਸੂਸ ਹੋਇਆ ਵੇਖੋ ਮਹਿਸੂਸ ਤਾਂ ਹੁੰਦਾ ਹੀ ਹੈ ਜਦੋਂ ਬੰਦਾ ਚੋਟੀ 'ਤੇ ਚੜ੍ਹ ਕੇ ਥੱਲੇ ਡਿੱਗਦਾ ਤਾਂ ਮਹਿਸੂਸ ਤਾਂ ਹੁੰਦਾ ਹੀ ਹੈ ਅੱਜ ਕਿੰਨੀ ਕੁ ਖੁਸ਼ੀ ਹੈ ਭੈਣ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਕੀ ਕਹਿਣਾ ਚਾਹੋਗੇ ਬਸ ਹਾਰਡ ਵਰਕ ਕਰੋ ਰੱਬ ਪੱਲੇ ਪਾਉਂਦਾ ਕੁਛ ਨਾ ਕੁਛ